ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਤੋਰ ਸਟਡੀ ਕਲਾਸ YouTube ਚੈਨਲ ਦੇ ਵਿੱਚ ਹਾਂਜੀ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਮੈਂ ਪੰਜਾਬੀ ਲਾਜ਼ਮੀ ਪੰਜਾਬੀ ਲਾਜ਼ਮੀ ਪਲੱਸ 2 ਕਲਾਸ ਇਸ ਦੇ ਵਿੱਚੋਂ ਜਿਹੜੇ ਕਿ ਪੰਜਾਬੀ ਲਾਜ਼ਮੀ ਦੇ ਵਿੱਚੋਂ ਤੁਹਾਨੂੰ ਅੱਜ ਕਰਵਾਉਂਗੀ ਮੈਂ ਜਿਹੜੇ ਕਿ ਕੱਤਾ ਭਾਗ ਦੇ ਨੈਕਸਟ ਕੱਤਾ ਕਰਵਾਵਾਂਗੇ ਦੋਸਤਾਂ ਕੱਤਾ ਇਸ ਦਾ ਕੇਂਦਰੀ ਭਾਗ ਤੇ ਇਸ ਦੇ ਵਸਤੂ ਨਿਸ਼ਟ ਪ੍ਰਸ਼ਨ ਜਿਹੜੇ ਕਿ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਹੁੰਦੇ ਨੇ ਕੱਤਾ ਭਾਗ ਦੇ ਵਿੱਚੋਂ ਉਹ ਵਾਲੇ ਵਸਤੂ ਨਿਸ਼ਟ ਪ੍ਰਸ਼ਨ ਐਂਡ ਇਸ ਦਾ ਕੇਂਦਰੀ ਭਾਗ ਉਹ ਇਸ ਵੀਡੀਓ ਦੇ ਵਿੱਚ ਕਰਾਂਗੇ ਦਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਤੇ ਵੀਡੀਓ ਨੂੰ ਦੂਜੇ ਸਟੂਡੈਂਟਸ ਦੇ ਨਾਲ ਸ਼ੇਅਰ ਜਰੂਰ ਕਰਨਾ ਜਿਹੜੇ ਵੀ ਪਲੱਸ 2 ਦੇ ਵਿੱਚ ਨੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅਗਰ ਤੁਸੀਂ ਨਹੀਂ ਕੀਤਾ ਹੋਇਆ ਕਿਉਂਕਿ ਜਿੰਨੀਆਂ ਵੀ ਵੀਡੀਓਜ਼ ਹੋਣਗੀਆਂ ਤੁਹਾਡੇ ਲਈ ਜਿਹੜੀ ਕਿ ਯੂਸਫੁਲ ਹੋਣਗੀਆਂ ਹਾਂਜੀ ਦੋਸਤਾਂ ਕਪਤਾ ਪਹਿਲਾਂ ਤਾਂ ਕੱਪਤਾ ਪੜ੍ਹਨੀ ਬਹੁਤ ਜ਼ਰੂਰੀ ਆ ਇਸ ਤੋਂ ਪਹਿਲਾਂ ਆਪਾਂ ਕਵੀ ਬਾਰੇ ਵੀ ਪੜ੍ਹਾਂਗੇ ਬਿਕਾਉਜ਼ ਕਪਤਾ ਪੜ੍ਹਨੀ ਕਿਉਂ ਜ਼ਰੂਰੀ ਹੈ ਕਿਉਂਕਿ ਕਪਤਾ ਦੀਆਂ ਲਾਈਨਾਂ 17 ਕੰਪਲੀਟ ਕਰਨੇ ਤੁਹਾਨੂੰ ਜਿਹੜੇ ਵਸਤੂ ਨੇ ਡਿਪਰੈਸ਼ਨ ਆਉਂਦੇ ਹੁੰਦੇ ਨੇ 20 20 ਆਉਣਗੇ ਜਿਹੜਾ ਕਿ ਹਰ ਇੱਕ ਪ੍ਰਸ਼ਨ 2 ਮਾਰਕਸ ਦਾ ਹੋਊਗਾ ਤਾਂ ਜੇ ਤੁਹਾਡਾ ਇੱਕ ਵੀ ਰੋਂਗ ਗਿਆ ਤਾਂ ਤੁਹਾਡੇ 2 ਮਾਰਕਸ ਜਦੇ ਕੱਟ ਹੋ ਜਾਣਗੇ ਸੋ ਇਹਨਾਂ ਵਸਤੂਨਿਸ਼ਟ ਪ੍ਰਸ਼ਨਾਂ ਦੀ ਤਿਆਰੀ ਦੇ ਲਈ ਹਰ ਇੱਕ ਚੀਜ਼ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਰਾਈਟਰ ਬਾਰੇ ਥੋੜਾ ਜਿਹਾ ਦੇਖਦੇ ਆ ਪਿਆਰਾ ਸਿੰਘ ਸਹਰਾਈ ਪਿਆਰਾ ਸਿੰਘ ਸਹਰਾਈ ਜਿਹੜੇ ਕਿ ਪੰਜਾਬੀ ਰਚਨਾ ਜਗਤ ਦੇ ਵਿੱਚ ਵਿਸ਼ੇਸ਼ ਸਥਾਨ ਹੈ ਇਹਨਾਂ ਦਾ ਤਾਂ ਇਹਨਾਂ ਦਾ ਬਚਪਨ ਤੋਂ ਉਹੀ ਕਪਤਾ ਲਿਖਣ ਦੀ ਜਿਹੜੀ ਕਿ ਰੁਚੀ ਸੀ ਮਤਲਬ ਕਿ ਇੱਛਾ ਸੀ ਤੇ ਜਨਮ ਮਾਨਸਾ ਪਿੰਡ ਦੇ ਵਿੱਚ ਹੋਇਆ ਛਾਪਿਆਂ ਵਾਲੀ ਮਾਨਸਾ ਪਿੰਡ ਮਾਨਸਾ ਜ਼ਿਲ੍ਹੇ ਦੇ ਵਿੱਚ ਪਿੰਡ ਛਾਪਿਆਂ ਵਾਲੀ ਦੇ ਵਿੱਚ 16 ਸਤੰਬਰ 1915 ਦੇ ਵਿੱਚ ਹੋਇਆ ਤੇ ਦਿਹਾਂਤ ਹੋਇਆ 28 ਜਨਵਰੀ 1998 ਦੇ ਵਿੱਚ ਤੇ ਮਾਤਾ ਜੀ ਦਾ ਨਾਮ ਸੀ ਮਹਿੰਦਰ ਕੌਰ ਪਿਤਾ ਦਾ ਨਾਮ ਸੀ ਕੇਹਰ ਸਿੰਘ ਤੇ ਸਾਹਿਤਿਕ ਰੁਚੀ ਇੰਨੀ ਜ਼ਿਆਦਾ ਸੀ ਕਿ ਆਪਨੇ ਜਿਹੜੇ ਕਿ ਗ੍ਰੈਸਰ ਜੀਵਨ ਦੇ ਵਿੱਚ ਜਿਹੜੇ ਕਿ ਪ੍ਰਵੇਸ਼ ਨਹੀਂ ਕੀਤਾ ਸੀ ਤਾਂ ਕਾਲਜ ਪੱਧਰ ਦੀ ਵਿਦਿਆ ਇਹਨਾਂ ਨੇ ਬੀਏ ਤੱਕ ਹਾਸਲ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਐਕਟੀਵਿਟੀ ਸਕੂਲ ਪ੍ਰੀਤ ਨਗਰ ਦੇ ਵਿੱਚ ਅਧਿਆਪਨ ਕਿੱਤੇ ਨੂੰ ਅਪਣਾਇਆ ਤੇ ਸਾਹਿਤਿਕ ਰੁਚੀ ਨੇ ਆਪ ਦੇ ਕਿੱਤੇ ਦੇ ਵਿੱਚ ਜਿਹੜੀ ਕਿ ਬਹੁਤ ਛੇਤੀ ਚੇਂਜਸ ਲੈ ਕੇ ਆਂਦੇ ਤੇ ਇੱਕ ਉਸਤੰਤਰ ਲੇਖਕ ਦੇ ਤੌਰ ਤੇ ਪੱਤਰਕਾਰੀ ਦੇ ਵਿੱਚ ਸੋਵੀਅਤ ਦੇਸ਼ ਸੋਵੀਅਤ ਦੇਸ਼ ਕਰਸਾਲਾ ਇਸ ਦੇ ਵਿੱਚ ਸਹਿ ਸੰਪਾਦਕ ਦੇ ਤੌਰ ਤੇ ਇਹਨਾਂ ਨੇ ਕਾਰਜਾ ਜਿਹੜੇ ਕਿ ਆਪਣਾ ਸ਼ੁਰੂ ਕੀਤਾ ਤੇ ਆਪ ਜੀ ਵਿੱਚ ਦੇਸ਼ ਪਿਆਰ ਸਦਭਾਵਨਾ ਚੜਦੀ ਕਲਾ ਦੀ ਸੋਚ ਨੇ ਜਿਹੜੇ ਕਿ ਪੰਜਾਬੀ ਦੇ ਸਿਰਮੌਰ ਲੇਖਕਾਂ ਦੇ ਵਿੱਚ ਆਪ ਨੂੰ ਖੜਾ ਕੀਤਾ ਤੇ ਆਪ ਜੀ ਦੇ ਕਾਵ ਰਚਨਾ ਸੰਗ੍ਰਹਿ ਸਹਰਾਈ ਪੰਛੀ ਤਾਰਿਆਂ ਦੀ ਲੋ ਧਰਤੀ ਦੇ ਗੀਤ ਮੇਰੀ ਕਪਤਾ ਦਾ ਸਫ਼ਰ ਵਨ ਤ੍ਰਿੰਨ ਆਦ ਪ੍ਰਸਿਤ ਨੇ ਤੇ ਮੇਰੀ ਸਾਹਿਤਿਕ ਸਵੈ ਜੀਵਨੀ ਆਤਮ ਕਥਾ ਦੇ ਚੋਣਵੀ ਕਪਤਾ ਵਾਰਤਕ ਰੂਪ ਰਚਨਾਵਾਂ ਤੇ ਸੋਵੀਅਤ ਲੈਂਡ ਨਹਿਰੂ ਅਵਾਰਡ 바ਵਾ ਬਲਵੰਤ ਅਵਾਰਡ ਅਤੇ ਕਈ ਹੋਰ ਸਨਮਾਨ ਵੀ ਜਿਹੜੇ ਕਿ ਇਹਨਾਂ ਨੂੰ ਪ੍ਰਾਪਤ ਹੋਏ ਨੇ ਤਾਂ ਹੁਣ ਆਪਣੀ ਪੁਸਤਕ ਦੇ ਵਿੱਚ ਜਿਹੜੀ ਇਹਨਾਂ ਦੀ ਕਪਤਾ ਉਹ ਹੈਗੀਆ ਦੋਸਤਾਂ ਕਪਤਾ ਤੇ ਦੋਸਤਾਂ ਕਪਤਾ ਕਿਹੜੇ ਕਾਵ ਸੰਗ੍ਰਹਿ ਦੇ ਵਿੱਚ ਉਲੀ ਗਿਆ 1 ਤ੍ਰਿਣ 1 ਤ੍ਰਿਣ ਦੇ ਜਿਹੜੇ ਕਾਵ ਸੰਗ੍ਰਹਿ ਹੈ ਉਹਦੇ ਵਿੱਚੋਂ ਦੋਸਤਾਂ ਕਪਤਾ ਲਿਖੀ ਹੈ ਜਿਹੜੀ ਆਪਣੇ ਸਿਲੇਬਸ ਦੇ ਵਿੱਚ ਹੈ ਇਸ ਕਪਤਾ ਦੇ ਵਿੱਚ ਕੀ ਦੱਸਿਆ ਹੋਇਆ ਕਿ ਮਨੁੱਖ ਨੂੰ ਜ਼ਿੰਦਗੀ ਦੇ ਵਿੱਚ ਜਿਹੜੇ ਕਿ ਅਸਾਰੂ ਮੁੱਲ ਨੇ ਉਹਨਾਂ ਨੂੰ ਸਮਝਣਾ ਚਾਹੀਦਾ ਉਹਨਾਂ ਨੂੰ ਧਾਰਨ ਕਰਨਾ ਚਾਹੀਦਾ ਠੀਕ ਹੈ ਮਤਲਬ ਕਿ ਉਹ ਸਾਰੂ ਹੋਗੇ ਜੋ ਉਹਦੀ ਜ਼ਿੰਦਗੀ ਨੂੰ ਬਣਾਉਣ ਵਾਲੇ ਹੁੰਦੇ ਨੇ ਮਨੁੱਖ ਨੂੰ ਚਾਹੀਦਾ ਕਿ ਉਹ ਸਦਾ ਹਿੰਮਤ ਲਗਨ ਮਿਹਨਤ ਤੇ ਕਿਰਤ ਨੂੰ ਅਪਣਾ ਕੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਖੁਸ਼ੀਆਂ ਨੇ ਉਹਨਾਂ ਨੂੰ ਮਾਣੇ ਹੁਣ ਆਪਾਂ ਕਬਤਾ ਪੜਦੇ ਹਾਂ ਹਾਂਜੀ ਕਬਤਾ ਕੀ ਜ਼ਿੰਦਗੀ ਨੂੰ ਦੋਸਤਾਂ ਜ਼ਿੰਦਗੀ ਨੂੰ ਭਰ ਹੁੰਗਾਰਾ ਦੋਸਤਾਂ ਤੱਕ ਜੁਗਾ ਦਾ ਇਸ਼ਾਰਾ ਦੋਸਤਾਂ ਨਾਚ ਪੈਰਾਂ ਵਿੱਚ ਧੜਕੇ ਅੱਜ ਨਵਾਂ ਅੰਗਾ ਵਿੱਚ ਕੋਈ ਹੁਲਾਰਾ ਦੋਸਤਾਂ ਦੋ ਕਦਮਾਂ ਦੀ ਵਿਥ ਵਿਥ ਹੁੰਦੀ ਹੈ ਦੂਰੀ ਦੂਰੀ ਤੇ ਮੰਜ਼ਲ ਤੇਰੀ ਤੁਰ ਜਰਾ ਹੋ ਕੇ ਕਰਾਰਾ ਦੋਸਤਾ ਕਰਾਰਾ ਕੀ ਹੁੰਦਾ ਜ਼ੋਰ ਲਗਾ ਕੇ ਮਤਲਬ ਕਿ ਹਿੰਮਤ ਦੇ ਨਾਲ ਢਾਰਿਆਂ 'ਚੋਂ ਉੱਠ ਹਮਲਾ ਮਾਰ ਪਕੜ ਲੈ ਉੱਚ ਮਨਾਰਾ ਦੋਸਤਾ ਹੁਣ ਇਸ ਦੇ ਵਿੱਚ ਕਵੀ ਕੀ ਕਹਿ ਰਿਹਾ ਮਨੁੱਖ ਨੂੰ ਉਤਸ਼ਾਹ ਦੇ ਨਾਲ ਉਤਸ਼ਾਹ ਦੇ ਨਾਲ ਮਤਲਬ ਕਿ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਹੰਗਾਰਾ ਭਰਨਾ ਚਾਹੀਦਾ ਠੀਕ ਹੈ ਤੇ ਉਹਨੂੰ ਇਹ ਦੇਖਣਾ ਚਾਹੀਦਾ ਕਿ ਤੱਕ ਜੁਗਾ ਦਾ ਇਸ਼ਾਰਾ ਮਤਲਬ ਕੀ ਜਿਹੜੀਆਂ ਨਵੀਆਂ ਪ੍ਰਾਪਤੀਆਂ ਨੇ ਉਹਨੂੰ ਜ਼ਿੰਦਗੀ ਦੇ ਵਿੱਚ ਕਰਨੀਆਂ ਨੇ ਉਹ ਉਹਨੂੰ ਇਸ਼ਾਰਾ ਕਰ ਰਹੀਆਂ ਨੇ ਠੀਕ ਆ ਸਮਾ ਜੁਗਾ ਕੀ ਹੋ ਗਿਆ ਇੱਥੇ ਸਮਾ ਵਾਲਾ ਠੀਕ ਆ ਸਮਾ ਉਹਨੂੰ ਇਸ਼ਾਰਾ ਕਰ ਰਿਹਾ ਕਿ ਨਵੀਆਂ-ਨਵੀਆਂ ਚੀਜ਼ਾਂ ਨੂੰ ਹਾਸਲ ਕਰੇ ਉਤਸ਼ਾਹ ਦੇ ਨਾਲ ਹਿੰਮਤ ਲੈ ਕੇ ਆਵੇ ਲਗਨ ਲੈ ਕੇ ਆਵੇ ਮਿਹਨਤ ਲੱਗਿਆ ਵੀ ਤੇ ਉਸਦੇ ਨਾਚ ਪੈਰਾਂ ਵਿੱਚ ਧੜਕੇ ਮਤਲਬ ਕਿ ਉਹਦੇ ਪੈਰਾਂ ਦੇ ਵਿੱਚ ਕੋਈ ਨਵਾਂ ਨਾਚ ਧੜਕਣਾ ਚਾਹੀਦਾ ਤੇ ਮਨੁੱਖ ਦੇ ਅੰਗਾਂ ਦੇ ਵਿੱਚ ਇੱਕ ਨਵਾਂ ਹੁਲਾਰਾ ਪੈਦਾ ਹੋਣਾ ਚਾਹੀਦਾ ਤਾਂ ਜਿਹਦੇ ਨਾਲ ਉਹ ਆਪਣੀ ਮਨ ਚਾਹੀ ਮੰਜ਼ਿਲ ਜਿਹੜੀ ਕਿ ਹਾਸਲ ਕਰ ਸਕਦਾ ਮਨ ਚਾਹੀ ਮੰਜ਼ਿਲ ਉਹ ਤੋਂ ਕਿੰਨੀ ਦੂਰ ਹੈ ਦੋ ਕਦਮਾਂ ਦੀ ਵਿੱਥ ਤੇ ਆ ਮਤਲਬ ਕਿ ਦੋ ਕਦਮਾਂ ਦੀ ਦੂਰੀ ਤੇ ਆ ਤੇ ਉਹਨੂੰ ਹੋਰ ਤੇਜ਼ ਰਫ਼ਤਾਰ ਦੇ ਨਾਲ ਉਹਦੇ ਵੱਲ ਵਧਣਾ ਚਾਹੀਦਾ ਹਿੰਮਤ ਦਲੇਰੀ ਦੇ ਨਾਲ ਤੇ ਉੱਥੇ ਉਹ ਪਹੁੰਚਣ ਵਾਲੀ ਹੈ ਤੇ ਉਹਨੂੰ ਢਾਰਿਆਂ ਦੇ ਵਿੱਚ ਜ਼ਿੰਦਗੀ ਉਹ ਜਿਹੜੀ ਕਿ ਆਪਣੀ ਨਾਗ ਉਚਾਰੇ ਸਭੋਂ ਉੱਠ ਕੇ ਇੱਕ ਹਮਲਾ ਮਾਰੇ ਠੀਕ ਹੈ ਹਮਲਾ ਮਾਰੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਮੰਜ਼ਲ ਦੇ ਉੱਚੇ ਮਨਾਰੇ ਨੂੰ ਛੂ ਲਵੇ ਤੌਣ ਚੁੱਕ ਕੇ ਵੇਖ ਕਰਦਾ ਸਹਨਤਾ ਤੇਰੀ ਹੋਣੀ ਹੋਣੀ ਕਿਉਂਗੇ ਕਿਸਮਤ ਦਾ ਸਿਤਾਰਾ ਦੋਸਤਾ ਗਗਨ ਮੱਲੇ ਇਸ ਨੇ ਅੱਜ ਇਸ ਤਰ੍ਹਾਂ ਫਿੱਕਾ ਪਿਆ ਹਰ ਇੱਕ ਤਾਰਾ ਦੋਸਤਾ ਨਗਮਾ ਕਿਹੜਾ ਛਿੜਿਆ ਅੱਜ ਦਿਲਾਂ ਦੀ ਸਾਜ਼ ਤੇ ਗੂੰਜਦਾ ਕਿਹੜਾ ਜਿਗਾਰਾ ਦੋਸਤਾ ਸੀਮਾ ਨਹੀਂ ਹੋ ਤੇਰੀ ਕੋਈ ਆਖਰੀ ਹੋਣ ਵਾਲਾ ਇਹ ਨਿਤਾਰਾ ਦੋਸਤਾ ਨਿਤਾਰਾ ਕੀ ਹੁੰਦਾ ਫੈਸਲਾ ਸੀਮਾ ਹੁੰਦੀ ਹੈ ਹੱਦ ਠੀਕ ਆ ਤੇ ਨਗਮਾ ਹੁੰਦਾ ਕੋਈ ਗੀਤ ਧੋਣ ਚੁੱਕ ਕੇ ਮਤਲਬ ਕਿ ਹੁਣ ਕਵਿਤਾ ਦੇ ਵਿੱਚ ਕਵੀ ਕੀ ਕਹਿ ਰਿਹਾ ਕਿ ਮਨੁੱਖ ਨੂੰ ਆਪਣੀ ਧੋਣ ਚੁੱਕ ਕੇ ਜਿਹੜੇ ਉਹਦੀ ਕਿਸਮਤ ਦਾ ਸਿਤਾਰਾ ਉਹਨੂੰ ਇਸ਼ਾਰਾ ਕਰ ਰਿਹਾ ਉਹਨੂੰ ਦੇਖੇ ਉਹ ਠੀਕ ਉਹਨੂੰ ਸਮਝੇ ਉਹ ਸਨਤਾ ਕਰ ਰਿਹਾ ਤੇ ਉਹ ਜਿਹੜਾ ਹੋਣੀ ਦਾ ਕਿਸਮਤ ਦਾ ਜਿਹੜਾ ਸਿਤਾਰਾ ਉਨੇ ਗगन ਗगन ਹੁੰਦਾ ਆਸਮਾਨ ਆਸਮਾਨ ਦੇ ਵਿੱਚ ਇਸ ਤਰੀਕੇ ਨਾਲ ਆਪਣੀ ਰੌਸ਼ਨੀ ਫੈਲਾਤੀ ਇਸ ਤਰੀਕੇ ਨਾਲ ਉਹ جگਮਾ ਰਿਆ ਜਿਹਦੇ ਨਾਲ ਜਿਹੜੇ ਕਿ ਬਾਕੀ ਤਾਰੇ ਨੇ ਜਿੰਨੇ ਵੀ ਤਾਰੇ ਨੇ ਸਾਰੇ ਫਿੱਕੇ ਪੈ ਗਏ ਨਗਮਾ ਹੁੰਦਾ ਗੀਤ ਤੇ ਉਹਦੇ ਸਾਹਮਣੇ ਇੱਕ ਜਿਹੜੇ ਕਿ ਉਹਦੇ ਦਿਲਾਂ ਦਾ ਸਾਜ਼ ਉੱਤੇ ਕੋਈ ਗੀਤ ਗੂੰਜ ਰਿਹਾ ਜਿਹੜਾ ਉਹਨੂੰ ਜਿਕਾਰਾ ਜਿਹੜਾ ਕਿ ਗੂੰਜ ਰਿਹਾ ਉਹਨੂੰ ਮਤਲਬ ਕਿ ਅੱਗੇ ਵਧਣ ਲਈ ਇਸ਼ਾਰਾ ਕਰ ਰਿਹਾ ਉਹਨੂੰ ਸਮਝੇ ਤੇ ਹੁਣ ਇਹ ਫੈਸਲਾ ਹੋਣ ਵਾਲਾ ਕਿ ਉਹਨੇ ਅੱਗੇ ਵਧਣ ਦੀ ਕੋਈ ਉਹਦੀ ਹੱਦ ਨਹੀਂ ਹੈ ਮਤਲਬ ਕਿ ਕੋਈ ਸੀਮਾ ਨਹੀਂ ਹੈ ਜ਼ਿੰਦਗੀ 'ਚ ਜਿੰਨਾ ਮਰਜੀ ਚੀਜ਼ ਆਪਾਂ ਹਾਸਲ ਕਰ ਸਕਦੇ ਹਾਂ ਮਿਹਨਤ ਦੇ ਨਾਲ ਲਗਨ ਦੇ ਨਾਲ ਠੀਕ ਹੈ ਉਹਦੀ ਕੋਈ ਸੀਮਾ ਨਹੀਂ ਹੁੰਦੀ ਤੇ ਉਹ ਜਿੰਨਾ ਚਾਹੇ ਅੱਗੇ ਵਧ ਸਕਦਾ ਰਚਨਾ ਤੇਰੀ ਤੇਰੀ ਸਾਰੀ ਸਿਰਜਣਾ ਤੇਰਾ ਹੀ ਸਗਲਾ ਪਸਾਰਾ ਦੋਸਤਾ ਕਿਰਤ ਦੀ ਖੋਹੀ ਸਭ ਕੁਝ ਜੰਮਿਆ ਕਿਰਤੋਂ ਦਾ ਮਿਹਨਤ ਹੈ ਨਾ ਖੋਰ ਰਚ ਅੱਜ ਇੱਕ ਨਜ਼ਾਰਾ ਦੋਸਤਾ ਤਾਂ ਕੇ ਪਾਲੈ ਭਵਿੱਖ ਨੂੰ ਗਲ ਵਕੜੀ ਚੁੰਮ ਲੈ ਤੂੰ ਮੂੰਹ ਪਿਆਰਾ ਦੋਸਤਾ ਇਹਦੇ ਵਿੱਚ ਕਵੀ ਕੀ ਕਹਿ ਰਿਹਾ ਕਿ ਜਿਹੜੀਆਂ ਉਹਦੀਆਂ ਅੰਦਰਲੀਆਂ ਸ਼ਕਤੀਆਂ ਨੇ ਰਚਨਾ ਹੁੰਦਾ ਜੋ ਆਪਾਂ ਕੋਈ ਚੀਜ਼ ਨੂੰ ਰਚਦੇ ਆਂ ਕਹਿੰਦਾ ਜਿਹੜੇ ਉਹ ਮਨੁੱਖ ਦੇ ਅੰਦਰ ਜੋ ਸਿਰਜਣਾ ਸਿਰਜਣਾ ਇੱਕ ਪਾਵਰ ਹੈ ਕਹਿੰਦਾ ਉਹਨੇ ਸਾਰੇ ਸੰਸਾਰ ਨੂੰ ਸਿਰਜਿਆ ਹੋਇਆ ਠੀਕ ਆ ਇਹ ਜਿਹੜਾ ਸਾਰਾ ਸੰਸਾਰ ਆ ਅਗਲਾ ਪਸਾਰਾ ਇਹ ਸਾਰਾ ਮਨੁੱਖ ਦੁਆਰਾ ਹੀ ਰਚਿਆ ਹੋਇਆ ਠੀਕ ਹੈ ਉਹਨੇ ਸਿਰਜਿਆ ਮਨੁੱਖ ਦੇ ਵਿੱਚ ਸਿਰਜਣ ਦੀ ਪਾਵਰ ਹੈ ਉਹਨੂੰ ਯੂਜ਼ ਕਰੇ ਉਹ ਤੇ ਪਸਾਰ ਉਹਦੀ ਕਿਰਤ ਨੇ ਹੀ ਸਿਰਜਿਆ ਉਹਦੀ ਕਿਰਤ ਦੀ ਕੁੱਖੋ ਜਮੈਂ ਮਤਲਬ ਕਿ ਸਾਰਾ ਉਹਦੀ ਕਿਰਤ ਨੇ ਹੀ ਉਹਦੀ ਮਿਹਨਤ ਨੇ ਹੀ ਇਹ ਸਾਰਾ ਲਗਨ ਨੇ ਹੀ ਜਿਹੜਾ ਸਾਰਾ ਸਿਰਜਿਆ ਹੋਇਆ ਤੇ ਹੋਰ ਅੱਗੇ ਵਧੇ ਹੋਰ ਅੱਗੇ ਵੱਧ ਕੇ ਜਿਹੜੇ ਕਿ ਜ਼ਿੰਦਗੀ ਦੇ ਜਿਹੜੇ ਇੱਕ ਨਜ਼ਾਰੇ ਨੇ ਉਹਨਾਂ ਨੂੰ ਜਿਹੜੇ ਕਿ ਮਾਣੇ ਹੋਰ ਅੱਗੇ ਵੱਧ ਕੇ ਆਪਣੀ ਮਿਹਨਤ ਦੇ ਨਾਲ ਇੱਕ ਹੋਰ ਨਜ਼ਾਰਾ ਜਿਹੜੇ ਕਿ ਸਿਰਜੇ ਤੇ ਉਹ ਦੌੜ ਕੇ ਲਗਨ ਦੇ ਨਾਲ ਭਵਿਕ ਨੂੰ ਜਿਹੜੇ ਕਿ ਗਲਵਕੜੀ ਪਾਵੇ ਤੇ ਜਿਹੜਾ ਭਵਿਕਾ ਉਹਦਾ ਸੁਨਹਿਰਾ ਭਵਿਕਾ ਉਹਨਾਂ ਦੇ ਜਿਹੜੇ ਕਿ ਉਹ ਪਿਆਰੇ ਭਵਿਕਾ ਦਾ ਆਪਣਾ ਮੂ ਨੂੰ ਉਹ ਚੁੰਮੇ ਇਹ ਜਿਹੜੇ ਕਿ ਕਪਤਾ ਹਾਂਜੀ ਹੁਣ ਇਹਦਾ ਕੇਂਦਰੀ ਭਾਵ ਕਰਦੇ ਹਾਂ ਕੇਂਦਰੀ ਭਾਵ ਤੋਂ ਬਾਅਦ ਇਹਦੇ ਵਸਤੂਨਿਸ਼ਟ ਪ੍ਰਸ਼ਨ ਮੋਸਟ ਇੰਪੋਰਟੈਂਟ ਤੁਸੀਂ ਵਸਤੂਨਿਸ਼ਟ ਪ੍ਰਸ਼ਨਾਂ ਨਾ ਕਿਸੇ ਕਪਤਾ ਦੇ ਛੱਡਨੇ ਨੇ ਯਾਦ ਕਰ ਲਓ ਨਾ ਹੀ ਜਿਹੜੇ ਕਿ ਚੈਪਟਰਸ ਦੇ ਤੇ ਨਾ ਹੀ ਜਿਹੜੇ ਕਿ ਕਹਾਣੀਆਂ ਦੇ ਇਹਨਾਂ ਦੇ ਪੱਕਾ ਤੁਸੀਂ ਕਰਨੇ ਹੀ ਕਰ ਰਹੇ ਹੋ ਨੇ ਸ਼ਾਰਟ ਕੁਐਸਚਨਸ ਵਸਤੂਨਿਸ਼ਟ ਪ੍ਰਸ਼ਨ ਉਹਨਾਂ ਦੇ ਵਿੱਚੋਂ ਹੀ ਤੁਹਾਡੇ 2 2 ਮਾਰਕਸ ਸੱਥੇ ਹੀ ਤੁਹਾਡਾ 40 ਮਾਰਕਸ ਦਾ ਕੰਪਲੀਟ ਹੋ ਜਾਣਾ ਪੇਪਰ ਓਕੇ ਹਾਂਜੀ ਕਪਤਾ ਜਿਹੜਾ ਕੇਂਦਰੀ ਭਾਵ ਤੁਹਾਨੂੰ 3 ਮਾਰਕਸ ਦਾ ਆਉਣਾ ਪਹਿਲ ਤੁਸੀਂ ਇਹ ਲਿਖੋਗੇ ਹਰ ਇੱਕ ਕੇਂਦਰੀ ਭਾਵ ਦੇ ਵਿੱਚ ਲਿਖਣੀ ਹੈ ਕਿ ਇਹ ਕਪਤਾ ਹੈ ਕਿਸ ਦੀ ਉਹ ਦੋਸਤਾ ਕਪਤਾ ਪਿਆਰਾ ਸਿੰਘ ਸਹਰਾਏ ਦੀ ਰਚਨਾ ਹੈ ਇਸ ਕਪਤਾ ਦੇ ਵਿੱਚ ਦੱਸਿਆ ਗਿਆ ਕਿ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਸਦਾ ਹਿੰਮਤ ਲਗਨ ਮਿਹਨਤ ਤੇ ਕਿਰਤ ਨੂੰ ਅਪਣਾ ਕੇ ਆਪਣੀ ਜ਼ਿੰਦਗੀ ਦੇ ਵਿੱਚ ਜੁੜੀਆਂ ਖੁਸ਼ੀਆਂ ਨੇ ਖੇੜੇ ਨੇ ਉਹਨਾਂ ਨੂੰ ਭਰੇ ਠੀਕ ਹੈ ਤੇ ਕਪਤਾ ਦਾ ਕੇਂਦਰੀ ਭਾਵ ਹੇਠ ਲਿਖੇ ਅਨੁਸਾਰ ਹੈ ਮਨੁੱਖ ਕਿਰਤ ਦੀਆਂ ਅਥਾ ਅਥਾ ਉਹਦਾ ਬਹੁਤ ਸਾਰੀਆਂ ਠੀਕ ਹੈ ਅਥਾ ਉਹਦਾ ਬਹੁਤ ਸਾਰੀਆਂ ਸਿਰਜਨਾਤਮਕ ਜਿਹੜੀਆਂ ਸ਼ਕਤੀਆਂ ਨੇ ਉਹਨਾਂ ਦਾ ਮਾਲਕ ਆ ਮਤਲਬ ਕਿ ਮਨੁੱਖ ਨੇ ਕਿਰਤ ਦੇ ਨਾਲ ਮਨੁੱਖ ਦੀ ਕਿਰਤ ਨੇ ਸਾਰੇ ਚੀਜ਼ਾਂ ਸਿਰਜੀਆਂ ਨੇ ਤੇ ਹੋਰ ਅੱਗੇ ਵੱਧ ਕੇ ਜਿਹੜੇ ਕਿ ਹੋਰ ਨਵਾਂ ਰਚਨਾ ਹੋਰ ਰਚਨਾ ਦਾ ਜਿਹੜੇ ਕਿ ਨਵਾਂ ਸੰਸਾਰ ਸਿਰਜ ਸਕਦਾ ਕਿਰਤ ਦੇ ਨਾਲ ਤੇ ਇਸ ਲਈ ਮਨੁੱਖ ਨੂੰ ਹੋਰ ਉਤਸ਼ਾਹ ਤੇ ਜੋਰ ਦੇ ਨਾਲ ਜੋਰ ਕੇ ਹੁੰਦਾ ਮਤਲਬ ਕਿ ਹੋਰ ਹਿੰਮਤ ਦੇ ਨਾਲ ਅੱਗੇ ਵਧਣਾ ਚਾਹੀਦਾ ਤੇ ਉਹਦਾ ਭਵਿੱਖ ਜਿਹੜਾ ਉਹਦਾ ਭਵਿੱਖਾ ਉਹ ਉਸਦੇ ਲਈ ਜਗਮਗਾ ਰਿਹਾ ਮਤਲਬ ਕਿ ਭਵਿੱਖ ਉਹਡੀ ਕਰ ਰਿਹਾ ਤੇ ਉਹਨੂੰ ਬਸ ਕੀ ਕਰਨਾ ਹਿੰਮਤ ਕਰਨੀ ਹੈ। ਤੇ ਉਸ ਨੂੰ ਅੱਗੇ ਵੱਧ ਕੇ ਉਸ ਦਾ ਪਿਆਰਾ ਮੂੰਹ ਜਿਹੜੇ ਕੀ ਚੁੰਮ ਲੈਣਾ ਚਾਹੀਦਾ ਹੈ। ਇਹ ਜਿਹੜੇ ਕੀ ਕਪਤਾ ਦਾ ਕੇਂਦਰੀ ਪਾਵ। ਸ੍ਰੀ ਮਾਰਕਸ ਦਾਣਾ ਤੁਹਾਨੂੰ। ਹਾਂਜੀ ਹੁਣ ਇਹਨਾਂ ਦੇ ਵਸਤੂ ਨਿਸ਼ਟ ਪ੍ਰਸ਼ਨ। ਪਹਿਲਾ ਹੀ ਹੈ ਆਪਣੇ ਪਾਠ ਪੁਸਤਕ ਦੇ ਵਿੱਚ ਸ਼ਾਮਲ ਪਿਆਰਾ ਸਿੰਘ ਸਹਰਾਈ ਦੀ ਕਪਤਾ ਦਾ ਸਿਰਲੇਖ ਦੋਸਤੋ ਕਪਤਾ ਦਾ ਸਿਰਲੇਖ ਸਿਰਲੇਖ ਮਤਲਬ ਕਪਤਾ ਦਾ ਜਿਹੜਾ ਕੀ ਨੇਮ ਕੀਤਾ ਤਾਂ ਸਰਲੇਖ ਤੁਸੀਂ ਇਹੀ ਲਿਖੋਗੇ ਦੋਸਤਾ ਪਿਆਰਾ ਸਿੰਘ ਸਹਰਾਏ ਦੀ ਕਵਿਤਾ ਦਾ ਸਰਲੇਖ ਦੋਸਤਾ ਹੈ ਐਵੇਂ ਲਿਖ ਲਓ ਠੀਕ ਹੈ ਨੈਕਸਟ ਹੈ ਐਡਾ ਤੁਹਾਡੀ ਪਾਠ ਪੁਸਤਕ ਵਿੱਚ ਦਰਜ ਦੋਸਤਾ ਕਵਤਾ ਕਿਸ ਕਵੀ ਦੀ ਰਚਨਾ ਹੁਣ ਕਿਸ ਕਵੀ ਦੀ ਰਚਨਾ ਇਹ ਇੱਥੇ ਐਡੇ ਦੇ ਵਿੱਚ ਆ ਜਾਊਗਾ ਪਿਆਰਾ ਸਿੰਘ ਸਹਰਾਏ ਪਿਆਰਾ ਸਿੰਘ ਸਹਰਾਈ ਨੈਕਸਟ ਹੈ ਕਪਤਾ ਦੋਸਤਾਂ ਅਨਸਾਰ ਨਵਾਂ ਨਾਚ ਸਰੀਰ ਦੇ ਕਿਸ ਅੰਗ ਦੇ ਵਿੱਚ ਧੜਕਦਾ ਹੈ ਹਾਂਜੀ ਕਿਸ ਅੰਗ ਦੇ ਵਿੱਚ ਧੜਕਦਾ ਹੈ ਪੈਰਾਂ ਦੇ ਵਿੱਚ ਕਦਮਾਂ ਦੇ ਵਿੱਚ ਲਿਖਿਆ ਸੀ ਨਾ ਵੀ ਦੋ ਕਦਮਾਂ ਦੀ ਵਿੱਤੇ ਹੈ ਤਾਂ ਨਾਚ ਪੈਰਾਂ ਦੇ ਵਿੱਚ ਦੇਖੋ ਤੁਸੀਂ ਦੇਖ ਵੀ ਸਕਦੇ ਇਹ ਛੋਟੇ ਕੁਸ਼ਣ ਤਾਂ ਹੀ ਕਲੀਅਰ ਹੋਣਗੇ ਅਗਰ ਤੁਸੀਂ ਜਿਹੜੇ ਕੀ ਮਤਲਬ ਕੀ ਪੜਿਆ ਹੋਊਗਾ ਇਹ ਸਾਰਾ ਕੁਝ ਕਪਤਾ ਵੀ ਠੀਕ ਹੈ ਨਾਚ ਪੈਰਾਂ ਦੇ ਵਿੱਚ ਧੜਕਦਾ ਅਜਨਮਾ ਠੀਕ ਹੈ ਹੁਣ ਇੱਥੇ ਆਜੂਗਾ ਪੈਰਾਂ ਦੇ ਵਿੱਚ ਹੁਣ 3rd ਦਾ ਅਨਸਰ ਕੀ ਆਜੂਗਾ ਪੈਰਾਂ ਦੇ ਵਿੱਚ ਪੈਰਾਂ ਇਹਨੂੰ ਲਿਖੋਗੇ ਤੁਸੀਂ ਕਪਤਾ ਦੋਸਤਾਂ ਅਨੁਸਾਰ ਨਾਚ ਸਰੀਰ ਦੇ ਪੈਰਾਂ ਵਿੱਚ ਧੜਕਦਾ ਹੈ ਹਾਂਜੀ ਹੁਣ ਨੈਕਸਟ ਨੈਕਸਟ ਹੈ ਦੋਸਤਾਂ ਕਪਤਾ ਵਿੱਚ ਕਵੀ ਨੂੰ ਮਨੁੱਖ ਦੀ ਮੰਜ਼ਲ ਕਿੰਨੀ ਕੁ ਵਿਥ ਤੇ ਨਜ਼ਰ ਆਉਂਦੀ ਹੈ ਹਾਂਜੀ ਕਿੰਨੀ ਕੁ ਵਿਥ ਤੇ ਨਜ਼ਰ ਆਉਂਦੀ ਸੀ ਇਹ ਵੀ ਆਪਾਂ ਨੇ ਕਪਤਾ ਚੋਂ ਪੜਿਆ ਦੋ ਕਦਮਾਂ ਦੀ ਵਿਥ ਤੇ ਤਾਂ ਇਹਦਾ ਆਨਸਰ ਕੀ ਆ ਜੂਗਾ ਸਸੇ ਦੇ ਦੋ ਕਦਮਾਂ ਦੀ ਵਿਥ ਤੇ ਵਿਥ ਹੁੰਦਾ ਦੂਰੀ ਦੋ ਕਦਮਾਂ ਦੀ ਦੂਰੀ ਤੇ ਠੀਕ ਹੈ ਨੈਕਸਟ ਹੈ ਹਾਹਾ ਟਾਰਿਆਂ ਚੋ ਉਠ ਹਮਲਾ ਮਾਰ ਪਕੜ ਲੈ ਉੱਚ ਡੈਸ਼ ਦੋਸਤਾ ਉੱਚ ਮਨਾਰਾ ਦੋਸਤਾ ਕੀ ਆਉਣਾ ਇੱਥੇ ਉੱਚ ਮਨਾਰਾ ਤੇ ਇੱਥੇ ਫਿਲ ਹੋ ਜਾਣਾ ਪਕੜ ਲੈ ਉੱਚ ਮਨਾਰਾ ਦੋਸਤਾ ਠੀਕ ਹੈ ਐਵੇਂ 17 ਕੰਪਲੀਟ ਕਰਨੇ ਵੀ ਆਣਗੇ ਨੈਕਸਟ ਆ ਹੈ ਕਕਾ ਪਿਆਰਾ ਸਿੰਘ ਸਹਰਾਏ ਦੀ ਕਪਤਾ ਦੋਸਤਾਂ ਅਨਸਾਰ ਮਨੁੱਖੀ ਹੋਣੀ ਦਾ 17 ਧੋਣ ਚੁੱਕ ਕੇ ਸੈਨਤਾ ਕਰਦਾ ਹੈ ਇਹ ਦੱਸਣਾ ਕਿ ਸਹੀ ਜਾਂ ਗਲਤ ਤਾਂ ਹੀ ਸਹੀ ਹੈ ਹੋਣ ਚੁੱਕ ਕੇ ਜਿਹੜੇ ਕਿ ਮਨੁੱਖੀ ਹੋਣੀ ਹੋਣੀ ਕਿਉਂਕਿ ਕਿਸਮਤ ਦਾ ਜਿਹੜਾ ਕਿ ਸਤਾਰਾ ਉਹਨੂੰ ਸੈਨਤਾ ਕਰਦਾ ਸੈਨਤਾ ਮਤਲਬ ਕਿ ਇਸ਼ਾਰੇ ਕਰਦਾ ਸਹੀ ਹੈ ਇਹ ਠੀਕ ਹੈ ਨੈਕਸਟ ਹੈ ਖਖਾ ਪਿਆਰਾ ਸਿੰਘ ਸਹਰਾਏ ਦੀ ਕਪਤਾ ਦੋਸਤਾ ਦੀ ਮੂਲ ਸੁਰ ਕੀ ਹੈ हां जी ਹੁਣ ਆਪਾਂ ਨੇ ਕਪਤਾ ਪੜ੍ਹੀ ਹੈ ਇਹਦੇ ਵਿੱਚ ਕੀ ਦੱਸਿਆ ਹੋਇਆ ਹੈ ਇਹਨਾਂ ਨੇ ਉਪਦੇਸ਼ ਦੱਸਿਆ ਹੋਇਆ ਜਾਂ ਵਿਆਖਿਆ ਜਾਂ ਭਾਵਤਮਕ ਜਾਂ ਨਕਾਰਾਤਮਕ ਉਪਦੇਸ਼ ਦਿੱਤਾ ਮਨੁੱਖ ਨੂੰ ਕਿ ਉਹਨੂੰ ਜ਼ਿੰਦਗੀ ਚ ਅੱਗੇ ਵਧਣਾ ਚਾਹੀਦਾ ਤਾਂ ਇਹਦਾ ਆਨਸਰ ਕੀ ਆਜੂਗਾ ਉਪਦੇਸ਼ਤਮਕ ਠੀਕ ਹੈ ਖਖੇ ਦਾ ਹਾਂਜੀ ਅੱਗੇ ਜਿਹੜੇ ਕਿ ਆਪਣੇ ਕੇਂਦਰੀ ਭਾਵ ਕਰ ਹੀ ਲਿਆ